ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੋਡਾ ਵਿਖੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਇਹ ਨੌਜਵਾਨ ਇੱਕ ਪੰਪ ਦੇ ਉੱਤੇ ਕਰਿੰਦੇ ਵਜੋਂ ਕੰਮ ਕਰਦਾ ਸੀ, ਜਿਸਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ। ਇੱਕ CCTV ਵੀਡੀਓ ਵੀ ਵਾਇਰਲ ਹੋ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬੋਡੇ ਦੇ ਵਜੋਂ ਹੋਈ ਹੈ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਰਾਤ ਸਾਡੇ ਪੰਪ ਤੇ ਕੋਈ ਅਣਪਛਾਤੇ ਆ ਬੰਦੇ ਆਏ ਆ, ਉਹਨਾਂ ਨੇ ਆ ਕੇ ਸਾਡੇ ਕਰਿੰਦੇ ਤੇ ਇੱਥੋਂ ਆਹੀ ਦਰਵਾਜ਼ਾ ਖੜਾ ਕੇ ਉਹਨਾਂ ਨੇ ਰਾਤ ਨੂੰ ਹਮਲਾ ਕਰਤਾ ਉਹਦੇ ਤੇ। ਹਮਲਾ ਕਰਤਾ, ਉਹ ਮੁੰਡਾ ਭੱਜ ਕੇ ਉਹ ਉੱਥੋਂ ਤੱਕ ਗਿਆ, ਉੱਥੇ ਜਾ ਕੇ ਉਹਦੇ ਸੈੱਟ ਫੇਰ ਉਹਨਾਂ ਨੇ ਸੱਟਾਂ ਮਾਰੀਆਂ। ਉਹ ਕਿੰਨੇ ਕੁ ਵਜੇ ਦੀ ਗੱਲ ਹੈ ਸਰ? ਇਹ 6:30-11 ਵਜੇ ਦੀ ਗੱਲ ਹੈ ਜੀ। ਰਾਤ ਦੇ 11:30 ਵਜੇ ਆਏ ਆ, 11:30 ਵਜੇ ਉੱਥੇ ਸੱਟਾਂ ਮਾਰ ਕੇ ਉਦੋਂ ਬਾਅਦ 'ਚ ਕਿਸੇ ਅਣਪਛਾਤੀ ਕਾਰ 'ਚ ਉਹ ਫਰਾਰ ਹੋ ਗਿਆ। ਜੋਗਿੰਦਰ ਸਿੰਘ ਸੀ ਜੀ, ਤੇ 30 ਸਾਲ ਦੇ ਕਰੀਬ ਉਮਰ ਹੈ ਜੀ ਉਹਦੀ। ਆਹ ਬੋਡੇ ਪਿੰਡ ਦਾ ਉਹ ਰਹਿਣ ਵਾਲਾ ਮੁੰਡਾ ਜੀ। ਠੀਕ ਹੈ ਜੀ। ਹੁਣ ਅਗਲੀ ਕੋਈ ਇਹੋ ਜਿਹੀ ਗੱਲ ਨੀ, ਕੋਈ ਨਾ ਰਾਂਝੇ ਸੀ ਉਹਦੀ ਵਿਚਾਰੇ ਦੀ, ਨਾ ਕਿਸੇ ਨੇ ਕੋਈ ਧਮਕੀ ਦਿੱਤੀ ਹੈ ਜੀ। ਇਹਦਾ ਪਤਾ ਨੀ ਕੀ ਗੱਲ ਬਣੀ ਹੈ ਜੀ। ਉਹ ਵੀ ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ, ਬਾਕੀ ਪੁਲਿਸ ਸਾਰੀ ਨਾਲ ਆ ਤੜਕੇ ਦੇ, ਸਾਰੇ ਜ਼ਿਲ੍ਹੇ ਦਾ, ਜ਼ਿਲ੍ਹੇ ਦੀ ਪੁਲਿਸ ਹੀ ਭੱਜੀ ਫਿਰਦੀ ਹੈ ਜੀ। ਬਾਲਾ ਜੀ ਸ਼ਾਮ ਦਾ ਕਹਿੰਦੇ ਟ੍ਰੇਸ ਕਰਦੇ ਹੈਗੇ। ਕੈਮਰੇ 'ਚ ਆਏ ਹੈ ਜੀ, ਪਰ ਰਾਤ ਜਿੱਦਾਂ ਜ਼ਿਆਦਾ ਹਨੇਰਾ ਹੋਣ ਕਰਕੇ ਜ਼ਿਆਦਾ ਉਹਨਾਂ ਦੀ ਪਛਾਣ ਨਹੀਂ ਆਉਂਦੀ। ਠੀਕ ਹੈ। ਹੁਣ ਉਹ ਮੁੰਡਾ ਜਿਹੜਾ ਉਹਦੀ, ਹਾਂ ਉਹਦੇ ਪੋਸਟਮਾਰਟਮ ਵਾਸਤੇ ਉਹ ਪਹਿਲਾਂ ਉਹਨੂੰ ਲੁਧਿਆਣੇ ਲੈ ਗਏ ਸੀ, ਲੁਧਿਆਣੇ ਹੁਣ ਮੋਗੇ ਪੋਸਟਮਾਰਟਮ ਕਰਕੇ ਲਿਆਉਂਦੇ ਆ। ਮੋਗਾ ਤੋਂ ਜਸਵਿੰਦਰ ਸਿੱਧੂ ਦੀ ਰਿਪੋਰਟ।